ਜ਼ਿਲ੍ਹਾ ਗੁਰਦਾਸਪੁਰ ਨੇ ਪਿੰਡ ਭਾਮਣੀ ਤੋਂ ਇੱਕ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਭਾਮਣੀ ਦੇ ਨੇੜੇ ਲੱਗਦੇ ਪਿੰਡ ਮਾੜੀ ਬੁੱਚੀਆਂ ਦਾ ਨੌਜਵਾਨ ਸਨੀ, ਉਮਰ 28 ਸਾਲ, ਜਿਸ ਦੇ ਨਾਨਕੇ ਪਿੰਡ ਭਾਮਣੀ ਵਿੱਚ ਸੀ ਅਤੇ ਅਕਸਰ ਨਾਨਕੇ ਆਉਂਦਾ ਰਹਿੰਦਾ ਸੀ ਅਤੇ ਉੱਥੋਂ ਦੀ ਰਹਿਣ ਵਾਲੀ 16 ਸਾਲ ਦੀ ਨਾਬਾਲਗ ਬੱਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਜਾਂਦਾ ਅਤੇ ਅੱਜ 15 ਦਿਨ ਬੀਤ ਜਾਣ ਦੇ ਮਗਰੋਂ ਵੀ ਪੁਲਿਸ ਦੇ ਹੱਥ ਕੁਝ ਨਹੀਂ ਆਇਆ। ਵਿਧਵਾ ਪੀੜਤ ਔਰਤ ਕਮਲਜੀਤ ਕੌਰ ਨੇ ਦੱਸਿਆ ਕਿ 10 ਸਾਲ ਹੋ ਗਏ ਉਸ ਦੇ ਘਰ ਵਾਲੇ ਦੀ ਮੌਤ ਹੋਇਆ ਨੂੰ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੀ ਦੋਵਾਂ ਧੀਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ ਅਤੇ 29 ਅਕਤੂਬਰ ਨੂੰ ਰੋਜ਼ ਦੀ ਤਰ੍ਹਾਂ ਜਦ ਕੰਮ ਕਰਕੇ ਘਰ ਸ਼ਾਮ ਨੂੰ ਵਾਪਸ ਆਈ ਤਾਂ ਉਸਦੀ 16 ਸਾਲ ਦੀ ਛੋਟੀ ਬੇਟੀ ਘਰ ਵਿੱਚ ਨਹੀਂ ਸੀ। ਜਦ ਉਸਦਾ ਪਤਾ ਕੀਤਾ ਗਿਆ ਤਾਂ ਨਾਲ ਲੱਗਦੇ ਪਿੰਡ ਮਾੜੀ ਬੁੱਚਿਆਂ ਨੇ ਸਨੀ ਦੇ ਨਾਲ ਘਰ ਵਿੱਚ ਚਲੀ ਗਈ ਸੀ। ਇਸ ਦੇ ਚੱਲਦੇ ਹਰਚੋਵਾਲ ਚੌਂਕੀ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ 15 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ। ਪੁਲਿਸ ਵੱਲੋਂ ਦੋਸ਼ੀ ਲੜਕੇ ਪਰਿਵਾਰ ਦਾ ਸਾਥ ਦਿੱਤਾ ਜਾ ਰਿਹਾ ਹੈ ਕਿਉਂਕਿ ਸਾਨੂੰ ਮਾੜੀ ਬੁੱਚਿਆਂ ਦੇ ਚੇਅਰਮੈਨ ਦੇ ਫੋਨ ਆ ਰਹੇ ਨੇ ਕਿ ਉਹ ਰਾਜੀਨਾਮਾ ਲਿਖ ਕੇ ਦੇ ਦੇਣ ਤਾਂ ਤੁਹਾਡੀ ਲੜਕੀ ਤੁਹਾਨੂੰ ਦਿੱਤੀ ਜਾਵੇਗੀ। ਗੱਲ ਇੱਦਾਂ ਹੈ ਕਿ ਮੇਰੀ ਬੇਟੀ ਇੱਥੇ ਘਰ ਸੀ, ਮੈਂ ਕੰਮ 'ਤੇ ਗਈ ਸੀ। ਜਦੋਂ ਮੈਂ ਕੰਮ ਤੋਂ ਆਈ 4 ਵਜੇ ਤੱਕ, ਉਦੋਂ ਤੱਕ ਮੇਰੀ ਬੇਟੀ ਇੱਥੇ ਘਰ ਨਹੀਂ ਸੀ ਹੈਗੀ ਅਤੇ ਮੈਂ ਤਾਂ ਜੁੱਤੀ ਲੱਥੀ ਵੇਖੀ ਆ ਵੀ ਜੁੱਤੀ ਲਾ ਦਿੱਤੀ ਆ ਇੱਥੇ ਅਤੇ ਪਤਾ ਨਹੀਂ ਕਿੱਥੇ ਚਲੀ ਗਈ ਆ। ਜਦੋਂ ਮੈਂ ਵੇਖਿਆ ਤਾਂ ਮੈਨੂੰ ਫੋਨ ਆਇਆ ਵੀ ਮੈਂ ਬਟਾਲੇ ਪਹੁੰਚ ਗਈ ਹਾਂ। ਬਟਾਲੇ ਤੋਂ ਗਈ, ਇੱਥੋਂ ਬਟਾਲੇ ਵਾਲਿਆਂ ਨੂੰ ਵੀ ਫੋਨ ਕੀਤੇ ਵੀ ਕਿੱਥੇ ਆ ਵੇਖੋ ਭਲਾ, ਅਤੇ ਪਤਾ ਨਹੀਂ ਵੀ ਕਿੱਥੇ ਚਲ ਗਈ ਉਹ ਜਨਾਨੀ, ਕੀ ਕਹਿਤਾ ਕੀ ਨਹੀਂ ਮੈਨੂੰ, ਆਉਂਦੀ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੇ ਹਾਂ। ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਪਤਾ ਲੱਗਾ, ਮੈਂ ਆਪਾਂ ਦੌੜ ਭੱਜ ਬਹੁਤ ਜ਼ਿਆਦਾ ਕੀਤੀ ਆ ਅਤੇ ਮੈਨੂੰ ਕੁਝ ਵੀ ਕਿਤੇ ਵੀ ਅੱਜ ਤੱਕ ਹਾਸਲ ਨਹੀਂ ਹੋਇਆ ਵੀ ਕੀ ਹੋਇਆ ਕੀ ਨਹੀਂ, ਮੈਨੂੰ ਮਿਲੀ ਨਹੀਂ ਨਾ ਕੋਈ ਫੋਨ ਨਾ ਕਾਲ। ਘਰੋਂ ਗਈ, ਕਹਿੰਦੇ ਕਿ ਮੈਂ ਸਾਜਨ ਮੁੰਡੇ ਦੇ ਨਾਲ ਜਾਣਾ ਵਾ, ਫੋਨ 'ਤੇ ਮੈਨੂੰ ਕਿਹਾ ਪਤਾ ਨਹੀਂ ਕੀਤਾ ਫੋਨ ਲਾ ਕੇ ਕਿਹਾ ਵਾ, ਉਹ ਹੈਗਾ ਵਾ ਮਾੜੀ ਬੁੱਚੀਆਂ ਦਾ। ਨਹੀਂ ਭਾਅ ਜੀ, ਉਹ ਜਿਹੜਾ ਇਹਦਾ ਮਾਮੇ ਦਾ ਮੁੰਡਾ ਸੀ ਨਾ ਉਹਦੇ ਨਾਲ ਆਉਣ ਜਾਣ ਸੀ, ਉਸ ਤੋਂ ਬਾਅਦ ਇਹਨੂੰ ਅਸੀਂ ਪਿਛਾਂ ਹਟਾ ਦਿੱਤਾ, ਇਹਨੂੰ ਅਸੀਂ ਘਰ ਨਹੀਂ ਆਉਂਦਾ। ਬਾਹਰ ਬਾਹਰ ਇਹਨੇ ਪਤਾ ਨਹੀਂ ਵੀ ਕੀ ਕੀਤਾ ਕੁੜੀ ਦੇ ਨਾਲ, ਸਕੂਲ 'ਚ ਬਾਹਰ ਮਿਲਦਾ ਰਿਹਾ ਕੀ ਕਰਦਾ ਰਿਹਾ ਉਹ ਮੈਨੂੰ ਨਹੀਂ ਪਤਾ। ਕੋਈ ਭਾਅ ਜੀ ਨਹੀਂ, ਮੈਨੂੰ ਪਤਾ ਨਹੀਂ ਲੱਗਾ ਜਦੋਂ ਗਈ ਆ। ਉਸ ਤੋਂ ਬਾਅਦ ਮੈਂ ਕਿਹਾ ਵੀ ਪਿੱਛੇ ਹਟ ਗਏ ਆ, ਉਸ ਤੋਂ ਬਾਅਦ ਇਹਨੇ ਮੈਨੂੰ ਗਾਲ ਕੱਢੀਆਂ, ਗਾਲਾਂ ਕੱਢਣ ਤੋਂ ਮੈਂ ਕਿਹਾ ਵੀ ਤੂੰ ਕੌਣ ਹੁੰਦਾ ਮੈਨੂੰ ਗਾਲਾਂ ਕੱਢਣ ਵਾਲਾ। ਇਸ ਤੋਂ ਬਾਅਦ ਮੁੜ ਕੇ ਕੁੜੀ ਨੂੰ ਭਜਾ ਕੇ ਲੈ ਗਿਆ। ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਆ, 30 ਤਰੀਕ ਤੋਂ ਇੱਕ ਦਿਨ ਪਹਿਲਾਂ ਆਪਾਂ ਸ਼ਾਮ ਨੂੰ ਗਏ ਹਾਂ। ਕੋਈ ਕਾਰਵਾਈ ਨਹੀਂ, ਜਦੋਂ ਮੈਨੂੰ ਕਹਿੰਦੇ, ਜਦੋਂ ਮੈਂ ਕਿਹਾ ਵੀ ਰੇਟ ਕਰਨ ਜਾਓ ਤਾਂ ਮੈਨੂੰ ਨਾਲ ਖੜੋ, ਮੈਨੂੰ ਨਹੀਂ ਖੜਿਆ ਅਤੇ ਉਦਣ ਕਹਿੰਦੇ ਸਾਡੇ ਕੋਲ ਸਟਾਫ ਸਾਡਾ ਹੈ ਨਹੀਂ ਆ, ਲੇਡੀਸ ਸਟਾਫ ਹੈ ਨਹੀਂ ਆ, ਅਸੀਂ ਤੈਨੂੰ ਖੜ ਨਹੀਂ ਸਕਦੇ। ਜਦੋਂ ਉੱਧਰੋਂ ਸਾਰੇ ਜਣੇ ਚੱਲ ਚੁੱਲ ਗਏ ਆ ਅਤੇ ਕੱਲ੍ਹ ਮੈਨੂੰ ਕਹਿੰਦੇ ਸਾਡਾ ਰੇਟ ਕਰਨ ਜਾਣਾ, ਕੱਲ੍ਹ ਕਿਹੜਾ ਲੇਡੀਸ ਸਟਾਫ ਹੈਗਾ ਸੀ ਮੇਰੇ ਨਾਲ, ਮੈਂ ਕੱਲ੍ਹ ਵੀ ਤਾਂ ਇਕੱਲੀ ਗਈ ਸੀ ਇਹਨਾਂ ਦੇ ਨਾਲ। ਉਸ ਪਾਸੇ ਉਹਨਾਂ ਦੇ ਇਹੋ ਹੀ ਆ ਵੀ ਜਿਹੜਾ ਮਜ਼ ਤੇ ਕਰ ਰਹੇ ਆ, ਜਿਹੜਾ ਵਾ ਇਹਨੂੰ ਕੀ ਕਹਿ ਰਹੇ ਆ, ਇੱਦਾਂ ਇੱਕ ਪਿੰਡ ਦਾ ਸਰਪੰਚ ਕਰਦਾ ਆ, ਇੱਕ ਉਹ ਚੇਅਰਮੈਨ ਕਰ ਰਿਹਾ ਵਾ, ਬਾਕੀ ਮੈਂ ਹੋਰ ਤੇ ਇੰਨੀਆਂ ਗੱਲਾਂ ਕਰਦੀ ਕਿ ਇਹੋ ਜਿਹਾ ਮੇਰੇ ਨਾਲ ਜੋ ਕੁਝ ਹੋਣ ਡਿਆ, ਬਹੁਤ ਜ਼ਿਆਦਾ ਧੱਕਾ ਹੀ ਹੋਣ ਡਿਆ, ਮੇਰੇ ਨਾਲ ਕੋਈ ਵੀ ਮਤਲਬ ਨਹੀਂ ਸਾਥ ਦੇ ਰਿਹਾ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਹੈ, ਘਰ ਅਤੇ ਰਿਸ਼ਤੇਦਾਰਾਂ ਦੇ ਵੱਲ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤਾਂ ਕਿ ਗਰੀਬ ਪਰਿਵਾਰ ਨੂੰ ਇਨਸਾਫ ਦਿੱਤਾ ਜਾ ਸਕੇ। ਅਸੀਂ ਜੀ ਜਦੋਂ ਮੁਦਈ ਨੇ ਆਣ ਕੇ ਸਾਨੂੰ ਬਿਆਨ ਲਿਖਾਇਆ ਅਤੇ ਮੇਰੀ ਲੜਕੀ ਨਾਬਾਲਗ ਹੈ, ਤਾਂ ਅਸੀਂ ਤੁਰੰਤ ਉਸੇ ਵੇਲੇ ਦੇ ਬਿਆਨ ਲੈ ਕੇ ਮੁਕੱਦਮਾ ਦਰਜ ਕੀਤਾ ਤਾਂ ਆਪਣੇ ਕੁਝ ਅਫਸਰਾਂ ਨੂੰ ਦੱਸਿਆ ਸੀ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਘਰਾਂ 'ਚ ਰੇਡ ਕੀਤੇ ਆ ਅਤੇ ਉਹਦੀ ਕਾਲ ਡਿਟੇਲ ਸੰਬੰਧੀ ਵੀ ਦਰਖਾਸਤ ਦਿੱਤੀਆਂ ਨੇ, ਉਹ ਜਿਹੜਾ ਮੋਬਾਈਲ ਨੰਬਰ ਦਿੱਤਾ ਉਹ ਬੰਦ ਆਉਣ ਡਿਆ, ਫਿਰ ਵੀ ਸਾਡੀ ਜਿਹੜੀ ਦੋਸ਼ੀ ਦੇ ਖਿਲਾਫ਼ ਗ੍ਰਿਫਤਾਰੀ ਕਰਨ ਵਾਸਤੇ ਜ਼ੋਰ ਲਗਾ ਰਹੇ ਹਾਂ, ਰੇਟ ਕੀਤੇ ਜਾ ਰਹੇ ਆ। ਸਰ, ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਪ੍ਰਸ਼ਾਸਨ ਹੀ ਸਾਨੂੰ ਨੰਬਰ ਦਿੰਦਾ ਵਾ ਕਿ ਇਹ ਬੰਦਿਆਂ ਨੇ ਤੁਹਾਡਾ ਰਾਜੀਨਾਮਾ ਕਰਾਉਣਾ ਵਾ ਅਤੇ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਲਓ ਜੀ। ਇਹ ਤਾਂ ਹੁਣ ਕੋਈ ਕਹਿ ਸਕਦਾ, ਇਹ ਗੱਲ 'ਚ ਆਪਾਂ ਤਾਂ ਇੰਨੀ ਗੱਲ ਕਹਿ ਨਹੀਂ ਸਕਦੇ, ਪ੍ਰਸ਼ਾਸਨ ਤਾਂ ਆਪਾਂ ਕਿਉਂ ਕਿਸੇ ਦਾ ਨੰਬਰ ਦੇਣਾ, ਇਹ ਗੱਲ ਦੀ ਤਾਂ ਕੋਈ ਜਾਣਤ ਨਹੀਂ। ਪੁਲਿਸ ਪਰਿਵਾਰ ਵਾਲੇ ਇਹ ਵੀ ਕਹਿ ਰਹੇ ਆ ਕਿ ਪੁਲਿਸ ਜਾਂਦੀ ਨਹੀਂ ਹੈਗੀ ਉਹਨਾਂ ਦੇ ਘਰ ਰੇਡ ਕਰਨ, ਇਹ ਨਹੀਂ ਜਾਂਦੀ ਕਿਉਂਕਿ ਪਰਿਵਾਰਿਕ ਮੈਂਬਰ ਕੋਈ ਨਾ ਕੋਈ ਤਾਂ ਘਰ ਮਿਲ ਸਕਦਾ ਨਾ ਉਸ ਟਾਈਮ। ਅਸੀਂ ਤਾਂ ਇਹਨਾਂ ਨੂੰ ਨਾਲ ਲੈ ਕੇ ਕੱਲ੍ਹ ਵੀ ਇਕੱਲੇ ਇਕੱਲੇ ਘਰਾਂ 'ਚ ਮਾੜੀ ਬੁੱਚੀਆਂ ਅੱਗੇ ਵੀ ਗਏ ਹਾਂ, ਅੱਗੇ ਵੀ ਸਾਡੀ ਮੈਡਮ SHO ਸਾਹਿਬ ਨੇ ਆਪ ਰੇਡ ਕੀਤੇ ਆ ਅਤੇ ਹੋਰ ਵੀ ਸਾਡੇ ਮੁਲਾਜ਼ਮ ਲੇਡੀ ਪੁਲਿਸ ਲੈ ਕੇ ਅਸੀਂ ਇਕੱਲੇ ਇਕੱਲੇ ਘਰਾਂ 'ਚ ਰੇਡ ਕੀਤੇ ਆ। ਕੱਲ੍ਹ ਅਸੀਂ ਭੱਠਿਆਂ 'ਤੇ ਰੇਡ ਕੀਤੇ ਆ ਜਿੱਥੇ ਉਹ ਉਥੇਰ ਕਰਦੇ ਸੀ ਨਾ, ਉੱਥੇ ਜਾ ਕੇ ਵੀ ਆਪਾਂ ਰੇਡ ਕੀਤੇ। ਗੁਰਦਾਸਪੁਰ ਤੋਂ ਲੱਕੀ ਬਟਾਲਾ ਦੀ ਰਿਪੋਰਟ।